बिसमिल्ला रहमान रहीम असलैक्म नाजरीन ए बी एच डी टी वी तो मैं होस्ट डॉक्टर रहा हाजिर हिदमत हाँ नाजरीन इस टाइम अं मौजूद हाँ जामिया कादरिया आलमिया नेकाबाद मुराड़िया शरीफ जिथों पेशवाई आल सुनत किबला पीर मोहम्मद अफसल कादरी साहब अज एक रैली लैके जा रहे इकतेजाजी रैली जी इंजीनियर मिर्ज़ा मुहमद अली गिरफ्तारी के मुतालबे के तौर पर हुकूमत अगर यह मुतालबा किया जा रहा है कि उन्होंने गिरफ़्तार किया जाए उनके खिलाफ जरा एफ आई आर दर्ज कराई गई है उन्होंने जेडे गुस्ताख़ाना अल्फ़ाज़ के हवाले नाल और मुख्तलिफ मजहबी अकायद जेडे के मुसलमान के जज्बात को मुतासर करते हैं उस हवाले न पीर साहब एक जद जदोजहद कर रहे ने एक आवाज़ उठाई उस बायदा एफ आई आर हो चुकी है गिरफ़्तारी नहीं हो रही उस हवाले न ਅ ਅੱਜ ਦੀ ਇਹ ਰੈਲੀ ਹੈ ਉਸ ਰੈਲੀ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੁਹਾਡੇ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੈ ਇੱਥੇ ਮੁਖਤਲਫ ਗੱਡੀਆਂ ਡਾਲੇ ਔਰ ਟਰਾਲੇ ਵਗੈਰਾ ਜਿਹੜੇ ਨੇ ਉਹ ਉਹਨਾਂ ਦੀ ਉੱਤੇ ਰੈਲੀ ਦੀ ਭਰਪੂਰ ਤਿਆਰੀ ਹੋ ਰਹੀ ਹੈ ਜਨਰੇਟਰ ਵਗੈਰਾ ਰੈਡੀ ਕੀਤੇ ਜਾ ਰਹੇ ਨੇ ਸਾਊਂਡ ਸਿਸਟਮ ਲਾਇਆ ਜਾ ਰਿਹਾ ਹੈ ਪੰਜਾਬ ਪੁਲਿਸ ਦਾ ਵੀ ਇੱਕ ਦਸਤਾ ਪਹੁੰਚਿਆ ਹੈ ਸਿਕਿਉਰਿਟੀ ਦੇ ਹੱਦਰ ਇਸ ਤੋਂ ਇਲਾਵਾ ਜਾਮਿਆ ਦੇ ਤਾਲਬੇਲ ਭਰਪੂਰ ਤਿਆਰੀ ਨਾਲ ਪਰਜੋਸ਼ ਨਜ਼ਰ ਆ ਰਹੇ ਨੇ ਤੇ ਇਹ ਛੋਟਾ ਜਿਹਾ ਤਾਰਫੀ ਵੀ ਲਾਗ ਕਰਨ ਦਾ ਮਕਸਦ ਨਾਜ਼ਰੀਨ ਨੂੰ ਅਪਡੇਟ ਰੱਖਣਾ ਸੀ ਕਿ 8 ਮਈ ਦੀ ਤਾਰੀਖ ਦਾ ਐਲਾਨ ਕੀਤਾ ਸੀ ਕਿਬਲਾ ਪੀਰ ਮੁਹੰਮਦ ਅਫਜ਼ਲ ਕਾਦਰੀ ਸਾਹਿਬ ਨੇ ਕਿ ਇਹ ਰੈਲੀ ਲੈ ਕੇ ਇਸਲਾਮਾਬਾਦ ਜਾਣਗੇ ਉਸ ਰੈਲੀ ਦੀਆਂ ਤਿਆਰੀਆਂ ਜਾਰੀ ਨੇ ਇਨਸ਼ਾਅੱਲਾ ਇਸ ਤੋਂ ਅਗਲੇ ਵੀ ਲਾਗ ਵਿੱਚ ਅਸੀਂ ਤੁਹਾਨੂੰ ਪੀਰ ਸਾਹਿਬ ਦੀ ਗੁਫਤਗੂ ਵੀ ਸੁਣਾਵਾਂਗੇ ਉਹਨਾਂ ਦਾ ਵਿਊ ਲਵਾਂਗੇ ਕਿ ਉਹਨਾਂ ਦਾ ਪਲਾਨ ਕੀ ਹੈ ਇਹ ਰੈਲੀ ਕਦੋਂ اسلامਬਾਦ ਪਹੁੰਚੇਗੀ ਤੇ اسلامਬਾਦ ਪਹੁੰਚਣ ਤੋਂ ਬਾਅਦ ਉੱਥੇ ਹੁੰਦਾ ਕੋਈ ਦਰਨਾ ਹੈ ਜਾਂ ਸਟੇ ਵੀ ਜਾਂ ਸਿਰਫ ਉੱਥੇ ਕੋਈ ਗਵਰਨਮੈਂਟ ਨੂੰ ਇਨਤਬਾਹ ਕਰਨਾ ਮਕਸਦ ਹੈ ਇਸ ਸਵਾਲ ਨਾਲ ਸਾਰੀ ਡਿਟੇਲ ਪੀਰ ਸਾਹਿਬ ਸਾਨੂੰ ਦੇਣਗੇ ਫਿਲਹਾਲ ਤੁਹਾਨੂੰ ਸਿਰਫ ਅਸੀਂ ਦਿਖਾ ਰਹੇ ਹਾਂ ਕਿ ਰੈਲੀ ਦੀਆਂ ਤਿਆਰੀਆਂ ਜਾਰੀ ਨੇ ਇਹ ਓ ਟ੍ਰਾਲਾ ਹੈ ਜਿਸ ਦੇ ਉੱਤੇ ਸਟੇਜ ਤਿਆਰ ਕੀਤਾ ਗਿਆ ਹੈ ਕਾਇਦੀਨ ਜਿਹੜੇ ਨੇ ਰੈਲੀ ਦੇ ਉਹ ਇਸ ਟ੍ਰਾਲੇ ਤੇ ਤਸ਼ਰੀਫ ਫਰਮਾ ਹੋਣਗੇ ਇਸ ਤੋਂ ਇਲਾਵਾ ਬਾਕੀ ਨਾਲ ਬਹੁਤ ਸਾਰੀ ਟਰਾਂਸਪੋਰਟ ਗੱਡੀਆਂ ਐ ਡਾਲੇ ਤੋਂ ਨਜ਼ਰ ਆ ਰਹੇ ਨੇ ਇਹ ਹੋਣਗੇ ਪੰਜਾਬ ਪੁਲਿਸ ਦੀਆਂ ਗੱਡੀਆਂ ਤੋਂ ਨੂੰ ਖਲੋਤੀਆਂ ਨਜ਼ਰ ਆ ਰਹੀਆਂ ਨੇ ਇਹ ਨਾਲ ਹੋਣਗੀਆਂ ਔਰ ਸਾਡੀ ਪੰਜਾਬ ਪੁਲਿਸ ਦੇ ਜਵਾਨ ਵੀ ਤੁਹਾਨੂੰ ਸਾਡੀ ਇਸ ਵਲੌਗ ਵਿੱਚ ਨਜ਼ਰ ਆਉਣਗੇ ਉਹ ਵੀ ਇਸ ਰੈਲੀ ਦੇ ਨਾਲ ਹਫਾਜ਼ਤੀ ਦਸਤੇ ਦੇ ਤੌਰ ਤੇ ਟਰੈਵਲ ਕਰਨਗੇ ਤੇ ਇਨਸ਼ਾਅੱਲਾ ਅਸੀਂ ਤੁਹਾਨੂੰ ਵਕਤਨ ਫਕਤਨ ਏਬੀਐਚਡੀ ਟੀਵੀ ਦੇ ਸਪਲੇਟਫਾਰਮ ਤੋਂ ਇਸ ਰੈਲੀ ਦੇ ਹਵਾਰੇ ਨਾਲ ਆਗਾ ਕਰਦੇ ਰਵਾਂਗੇ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ এবੀਆਜੀ ਟੀਵੀ ਦੇ ਨਾਲ ਸਭ ਤੋਂ ਪਹਿਲਾ ਵੀਲੌਗ ਤੁਹਾਨੂੰ ਅਸੀਂ ਅੱਜ ਦੀ ਰੈਲੀ ਦੇ ਹਵਾਰੇ ਨਾਲ ਤੌਰਫੀ ਵੀਲੌਗ ਦੇ ਰਿਹਾ ਔਰ ਇਹਦੇ ਵਿੱਚ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਰੈਲੀ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਮੈਂ ਇੱਕ ਦਫਾ ਫੇਰ ਦੱਸ ਦੇਣਾ ਕਿ ਇਸ ਟਾਈਮ ਸਾਡੀ ਲੋਕੇਸ਼ਨ ਹੈ ਵੇ ਜਾਮੀਆ ਕਾਦਰੀਆ ਆਲਮੀਆਂ ਨਕਾਬਾਦ ਮੁਰਾੜੀਆਂ ਸ਼ਰੀਫ ਜਿੱਥੋਂ ਕੇ ਰੈਲੀ ਲੈ ਕੇ ਰਵਾਨਾ ਹੋਣਾ ਹੈ ਅੱਜ ਪਿਸ਼ਵਾਯਲੇ ਸੁਨਨਤ पीर मोहम्मद अफजल कादरी साहब ने मिर्ज़ा इंजीनियर मिर्ज़ा मोहम्मद अली की गिरफ्तारी का मुतालबा लैके पीर साहब जी ने रैली लैके जा रहे हैं तो ये एहतजाजी रैली इस्लामाबाद जाएगी उसका अगला लाहे अमल की होगा वो तुम तो अगले लाए वी लॉग अं दसा और पीर साहब को डायरक्ट पूछा पीर साहब का इंटरव्यू करा और दसागे तो मिलने अगले वीलॉग पाकिस्तान जिंदाबाद